ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਮੈਂ ਤੁਹਾਨੂੰ ਆਪਣਾ ਨਿਊ ਹਾਊਸ ਦਿਖਾਉਣ ਲੱਗਿਆ ਜੀ ਰੈਡੀ ਤੇ ਨਹੀਂ ਹੋਇਆ ਜਿੰਨਾ ਬਣਿਆ ਉਹਨਾਂ ਦਿਖਾਵਾਂਗੀ ਤੇ ਅਗਰ ਅੱਛਾ ਲੱਗਿਆ ਵੀਡੀਓ ਲਾਈਕ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਫਿਲਹਾਲ ਮੈਂ ਟੌਫੀ ਖਾ ਰਹੀ ਇਗਨੋਰ ਕਰ ਦਿਓ ਤੇ ਚਲੋ ਦੇਖਨੇ ਆ ਚਲੋ ਪਹਿਲਾਂ ਮੈਂ ਬੈਕ ਕੈਮਰਾ ਲਾ ਲਾਂ ਫਿਲਹਾਲ ਮੈਂ ਮੌਂਟੀ ਤੇ ਆਈ ਹੋਈ ਹਾਂ ਆਪਣੇ ਘਰ ਦੀ ਆਪਣੇ ਪੁਰਾਣੇ ਘਰ ਤੋਂ ਮੈਂ ਪਹੁੰਚ ਗਈ ਆ ਪਰ ਲੇਕਿਨ ਇੱਥੇ ਬਹੁਤ ਜ਼ਿਆਦਾ ਤਪਦੀ ਲੂ ਚਲਦੀ ਪਈ ਲੂ ਤੇ ਐਸ ਜੇ ਹੈ ਨਾ ਸੌਰੀ ਐਸ ਸਾਡਾ ਗੈਲਰੀ ਹੈ ਐਸ ਸਾਡੀ ਗੈਲਰੀ ਤੇ ਐਸ ਸਾਡਾ ਸਟੋਰ ਰੂਮ ਹੈ ਫਿਲਹਾਲ ਇਹਦੇ ਵਿੱਚ ਕੱਟੇ ਵਗੈਰਾ ਪਏ ਨੇ ਸੀਮੈਂਟ ਦੇ ਤੇ ਇਹ ਮੇਰਾ ਰੂਮ ਹੈ ਹਾਓ ਐਂਡ ਇਹ ਸਾਡੀ ਲੌਬੀ ਹੈ ਅੱਗੇ ਐਂਡ ਇਹ ਸਾਡਾ ਕਿਚਨ ਹੈ ਡ੍ਰੈਸਿੰਗ ਰੂਮ ਵਾਸ਼ਰੂਮ ਵਗੈਰਾ ਸਾਰਾ ਕੁਛ ਉਧਰ ਹੈ ਐਂਡ ਇਹ ਸਾਡਾ ਹਾਲ ਹੈ ਸਾਰਾ ਖੁੱਲਾ ਹਾਲ ਤੇ ਬਸ ਇਹੀ ਹੈ ਸਾਡਾ ਛੋਟਾ ਜਿਹਾ ਸੈੱਟ ਫਿਲਹਾਲ ਇੱਥੇ ਕਰਦੇ ਪਏ ਹੈ ਮਿਸਤਰੀ ਇੱਥੋਂ ਮੈਂ ਇੱਥੇ ਜਾ ਸਕਦੀ ਹਾਂ ਪਰ ਲੇਕਿਨ ਮੈਂ ਨਹੀਂ ਜਾਵਾਂਗੀ ਬਿਕੋਜ਼ ਮੈਂ ਗਿਰ ਸਕਦੀ ਹਾਂ ਚਲੋ ਮੈਂ ਤੁਹਾਨੂੰ ਦਿਖਾਉਂਦੀ ਹਾਂ ਉਹਨਾਂ ਪੂਰਾ ਅਗਰ ਕੁਛ ਉੱਥੇ ਦੇਖੋ ਤਾਂ ਕੰਧਾਂ ਇੰਨੀਆਂ ਚੁੱਕੀਆਂ ਗਈਆਂ ਨੇ ਅਗਰ ਗਰਮ ਹਵਾ ਮੈਂ ਆਤੀ ਹੂੰ ਨਾ ਤਾਂ ਐਸੇ ਹੋਤਾ ਹੀ ਹੈ।